ਪਟਿਆਲਾ ਤੋਂ ਸਾਹਮਣੇ ਆਇਆ ਮਾਮਲਾ ਵਾਕਈ ਹੈਰਾਨ ਕਰ ਦੇਣ ਵਾਲਾ ਹੈ ਤੇ ਤਾਰ ਤਾਰ ਕਰਦਾ ਹੈ ਅੱਜ ਸਮਾਜ ਦੇ ਰਿਸ਼ਤਿਆਂ ਨੂੰ। ਜਿੱਥੇ ਸਾਹਮਣੇ ਤਸਵੀਰਾਂ 'ਚ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਦੀ ਲੜਕੀ ਹੈ, ਜਿਸ ਨੂੰ ਉਸਦੇ ਪਟਿਆਲਾ 'ਚ ਤੈਨਾਤ ਇੱਕ ਪੁਲਿਸ ਮੁਲਾਜ਼ਮ ਰਿਸ਼ਤੇਦਾਰ ਨੇ ਨੌਕਰੀ ਦਿਵਾਉਣ ਦਾ ਬਹਾਨਾ ਬਣਾ ਕੇ ਪਟਿਆਲਾ ਬੁਲਾਇਆ ਅਤੇ 22 ਸਾਲ ਦੀ ਇਸ ਜਵਾਨ ਲੜਕੀ ਦੇ ਨਾਲ ਉਹ ਵਹਿਸ਼ੀ ਕਈ ਦਿਨ ਤੱਕ ਸਰਕਾਰੀ ਕੁਆਟਰ 'ਚ ਹੀ ਬਲਾਤਕਾਰ ਕਰਦਾ ਰਿਹਾ। ਲੜਕੀ ਦੇ ਮੁਤਾਬਕ ਉਸਦੇ ਰਿਸ਼ਤੇਦਾਰ ਨੇ ਉਸਨੂੰ 4 ਦਿਨ ਬੰਦ ਕਰਕੇ ਰੱਖਿਆ ਅਤੇ ਫਿਰ ਬਾਹਰ ਆਉਣ 'ਤੇ ਲੜਕੀ ਨੇ ਸਿੱਧਾ ਪੂਰੀ ਗੱਲ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ ਅਤੇ ਉਕਤ ਰਿਸ਼ਤੇਦਾਰ ਦੇ ਖਿਲਾਫ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ। ਗੁਰਮੀਤ ਸਿੰਘ 4 ਕਲਾਸ ਨੇ ਮੁਲਾਜ਼ਮ ਨੇ ਮੈਨੂੰ ਮਤਲਬ ਉਹ ਕਾਫੀ ਦੇਰ ਤੋਂ ਨੌਕਰੀ ਦਾ ਝਾਂਸਾ ਦੇ ਕੇ ਉਹਨਾਂ ਗੁੰਮਰਾਹ ਕੀਤਾ ਸੀ ਅਤੇ ਔਰ ਮੇਰੀਆਂ ਵੀਡੀਓਜ਼ ਉਹਨਾਂ ਕੋਲ ਨੇ, ਸੰਪਰਕ 'ਚ ਰਿਸ਼ਤੇਦਾਰ ਨੇ, ਮੇਰੇ ਮਾਮਾ ਜੀ ਨੇ ਵੱਡੇ, ਉਹਨਾਂ ਦੇ ਸਾਲੇ ਨੇ। ਮੈਂ ਅੰਮ੍ਰਿਤਸਰ, ਹਾਂਜੀ ਪਟਿਆਲੇ ਦੇ ਰਹਿ, ਇੱਥੇ ਹੁਣ ਮੈਨੂੰ ਨੌਕਰੀ ਦਾ ਝਾਂਸਾ ਦੇ ਕੇ ਹੀ ਬੁਲਾਇਆ ਗਿਆ ਸੀ ਕਿ ਨਹੀਂ ਹੁਣ ਤੁਹਾਡੀ ਨੌਕਰੀ ਮਿਲ ਜਾਣੀ ਆ। ਇੱਕ ਮੇਰਾ ਸਮਾਨ ਵਗੈਰਾ ਇੱਥੇ ਵਿਆਹ ਸੀ ਅਤੇ ਉਹ ਕਹਿੰਦੇ ਸੀ ਤੁਸੀਂ ਆ ਕੇ ਅਤੇ ਲੈ ਜਾਓ, ਮੈਂ ਤੁਹਾਨੂੰ ਇੱਥੇ ਰੋਕਾਂਗਾ ਨਹੀਂ। ਉਹ ਤੋਂ ਬਾਅਦ ਉਹਨੇ 4 ਦਿਨ ਮੈਨੂੰ ਕੈਦ ਰੱਖਿਆ ਇੱਥੇ, ਹਾਂਜੀ ਹੋ ਗਿਆ ਹੈ। ਉੱਥੇ ਪੀੜਤ ਲੜਕੀ ਦੇ ਪਿਤਾ ਨੇ ਵੀ ਦੋਸ਼ੀ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਾਮਲਾ ਇਹ ਆ ਕਿ ਉਹ ਜਿਹੜਾ ਜਿਹਦੇ ਕੋਲ ਨੌਕਰੀ ਕਰਕੇ ਇਹਨੂੰ ਚੇਤਾ ਬੁਲਾਇਆ ਗਿਆ ਇਹਨੂੰ ਇੱਥੇ ਵੀ ਤੇਰੇ ਆਪਣੇ ਕਾਗਜ਼ ਪੱਤਰ ਲੈ ਜਾ, ਕਾਗਜ਼ ਪੱਤਰ ਛੱਡ ਕੇ ਉਹਨੇ ਜਦੋਂ ਦਿਨੇ ਸਾਨੂੰ ਪਤਾ ਲੱਗਾ ਅਤੇ ਉਹ ਵੀ ਪੁਲਿਸ ਵਾਲਿਆਂ ਫੋਨ ਕੀਤਾ ਅਤੇ ਫਿਰ ਸਾਨੂੰ ਪਤਾ ਲੱਗਾ, ਫਿਰ ਆਏ ਹਾਂ ਅਤੇ ਕੱਲ੍ਹ ਦੇ ਕੋਈ ਸੁਣਾਈ ਗੱਲ ਦੇ ਕੱਪੜੇ ਵੀ ਨਹੀਂ ਹੈਗੇ ਤੇ ਗੱਲ ਦੇ ਕੱਪੜੇ ਵੀ ਨਹੀਂ ਹੈਗੇ ਉਹਦੇ ਦੋਸ਼ੀ ਮੁਲਾਜ਼ਮ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਲੜਕੀ ਹੈ ਜੀ ਸੁਮਨਜੀਤ ਕੌਰ, ਡਾਟਰ ਆਫ ਪ੍ਰੇਮ ਸਿੰਘ ਹੈ, ਅੰਮ੍ਰਿਤਸਰ ਦੀ ਤਰਨਤਾਰਨ ਰੋਡ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਇਹਦੀ ਸਾਡੇ ਕੋਲ ਕੰਪਲੇਂਟ ਆਈ ਸੀ 21 ਤਰੀਕ ਨੂੰ ਵੀ ਇਸਦਾ ਜਿਹੜਾ ਰਿਸ਼ਤੇਦਾਰੀ ਦੇ ਵਿੱਚ ਇਸਦਾ ਮਾਮਾ ਲੱਗਦਾ ਸੀ ਦੂਰੋਂ, ਉਸ ਨਾਲ ਇਹਦੇ ਪਿਛਲੇ ਕਾਫੀ ਸਮੇਂ ਤੋਂ ਇਹਦੇ ਸੰਬੰਧ ਬਣ ਗਏ ਸੀ ਅਤੇ ਇਸਦੇ ਦੱਸਣ ਮੁਤਾਬਕ ਇਸ ਨੂੰ ਉਸ ਤੋਂ ਮਗਰੋਂ ਨੌਕਰੀ ਦਾ ਝਾਂਸਾ ਦੇ ਕੇ ਇਸ ਨਾਲ ਜ਼ਬਰਦਸਤੀ ਕਰ ਸਕਦਾ। ਉਸ 'ਤੇ ਅਸੀਂ FIR ਨੰਬਰ 76 ਲੌਂਚ ਕੀਤੀ ਅੰਡਰ ਸੈਕਸ਼ਨ 376-300। ਅਤੇ ਸੁਣਨ ਵਿੱਚ ਆਇਆ ਜੀ ਜਿਹੜਾ ਦੋਸ਼ੀ ਹੈ ਮੁਲਾਜ਼ਮ ਵੀ ਹੈਗਾ ਕਿ ਕਿਹੜੇ ਮਹਿਕਮੇ ਵਿੱਚ ਆਇਆ ਜੀ? ਇਹ ਜੀ DC ਨੀਟ 'ਤੇ ਕੱਚਾ ਜਿਵੇਂ ਮੁਲਾਜ਼ਮ ਭਰਤੀ ਹੁੰਦੇ ਨੇ 4th ਕਲਾਸ 'ਚ ਕੰਮ ਕਰਦਾ ਜੀ। ਪੰਜਾਬ ਪੁਲਿਸ ਦੇ ਵਿੱਚ ਜੀ? ਇਹ DC ਨੀਟ 'ਤੇ ਭਰਤੀ ਕੀਤਾ ਹੋਇਆ ਜੀ, ਡਾਇਰੈਕਟਲੀ ਤਾਂ ਨਹੀਂ ਪੰਜਾਬ ਪੁਲਿਸ ਦਾ ਕਹਿ ਸਕਦੇ ਨੂੰ ਅਤੇ ਇੱਧਰ 4th ਕਲਾਸ 'ਚ ਕੰਮ ਕਰਦਾ ਰਿਹਾ ਐਜ਼ ਏ ਸਫਾਈ ਸੇਵਕ। ਬੜੇ ਸ਼ਰਮ ਦੀ ਗੱਲ ਹੈ ਕਿ ਅੱਜ ਸਾਡੇ ਸਮਾਜ 'ਚ ਅਜਿਹੀ ਘਿਨੌਨੀ ਸੋਚ ਵਾਲੇ ਵੀ ਲੋਕ ਨੇ ਜੋ ਹਵਸ 'ਚ ਅੰਨੇ ਹੋਏ ਰਿਸ਼ਤੇਦਾਰੀਆਂ ਨਹੀਂ ਦੇਖਦੇ ਅਤੇ ਕਿਸੇ ਦੀਆਂ ਮਜ਼ਬੂਰੀਆਂ ਦਾ ਫਾਇਦਾ ਚੁੱਕਣ 'ਚ ਵੀ ਪਿੱਛੇ ਨਹੀਂ ਹਟਦੇ। ਹੁਣ ਵੇਖਣ ਵਾਲੀ ਗੱਲ ਹੈ ਕਿ ਇਸ ਮਾਮਲੇ 'ਤੇ ਅੱਗੇ ਕੀ ਕਾਰਵਾਈ ਹੁੰਦੀ ਹੈ। ਪਟਿਆਲਾ ਤੋਂ ਰਾਵ ਵਰਿੰਦਰ ਦੀ ਰਿਪੋਰਟ, ਡੇਲੀ ਪੋਸਟ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92563।